kalamina. Allahumma salli ala Muhammadin wa ali Muhammad. Bismillahir Rahmanir Rahim. Ya daim o bila zivalin. Ya qaim o bila fanahin. Ya muyassir o bila wazirin. يا متكبر انا عبدك الضعيف الذليل المست يا رب الحسين بحق الحسين عليه السلام اشف صدر الحسين بظهور امام زمانہ صلوات بلند آواز نال آواز جڑی پتلی کر دیو بڑی بھاری ہے ਜਿਹਨੂੰ ਪਤਾ ਹੈ ਸਲਵਾਤ ਇਮਾਨ ਵਾਲਿਆਂ ਕਾਣ ਆਈਏ ਉੱਚੀ ਸਲਵਾਤ ਪੜ ਮਿਜ਼ਾਜਨ 4-17 ਹੁਣ ਤਾਂ ਜਿਤਨ ਤਾਈਂ ਬੰਦੇ ਦਾ ਬੋਰਡ ਨਾ ਲੱਗੋ ਹੋਵੇ ਬੰਦੇ ਦੀਨ ਨਹੀਂ ਸੁਣਦੇ ਮੈਂ ਦੋ ਗੱਲਾਂ ਕਰਨੀਆਂ ਨੇ ਤੇ ਜ਼ਮਾਨੇ ਤੋਂ ਵੱਖਰੀਆਂ ਕਰਨੀਆਂ ਲਾ ਇਲਾਹਾ ਇਲੱਲਾਹ ਅਸਾਂ ਤਾਂ ਹੀ ਪੜ੍ਹਨੇ ਆ ਜੋ ਅਸਾਂ ਮੁਸ਼ਰਕ ਨਾ ਰਵੀਏ ਮੁਹੰਮਦ ਰਸੂਲੁੱਲਾਹ ਪੜ੍ਹਨੇ ਆ ਅਸਾਂ ਕਾਫਿਰ ਨਾ ਹੋਵੀਏ ਲਾ ਇਲਾਹਾ ਇਲੱਲਾ ਪੜ੍ਹਨ ਦਾ ਵਜ਼ਨ ਅਗਰ ਇਸੇ ਦੀ ਤਫਸੀਰ ਮੌਲਵੀ ਦੱਸੇਂਦੇ ਤਾਂ ਕੋਈ ਬੰਦਾ ਮੁਸ਼ਰਕ ਕਾਫਿਰ ਨਾ ਹੋਵੇ ਚਾਰ ਲਫਜ਼ ਨ ਲਾ ਇਲਾਹਾ ਇਲਾ ਅੱਲਾ ਤਰਾਏ ਹਰਫਾਂ ਦੇ ਬਾਰ ਬਾਰ ਤਬਾਦਲੇ ਦੇ ਨਾਂ ਨਾਲ ਕਲਮਾ ਬਣਿਆ ਅਲਿਫ ਲਾਮ ਹੇ ਚਲੋ ਇਹਦੇ ਗੱਲ ਨਹੀਂ ਸਿੱਖ ਰਹਿੰਦੇ ਜੋ ਬੰਦੇ ਸ਼ਾਇਦ ਢੇਰ ਪੜੇ ਹੋਏ ਟੈਨਸ਼ਨ ਇਹਨਾਂ ਨੂੰ ਨਾ ਹੋਵੇ ਲਾ ਦਮਾਨਾ ਅਸਾਂ ਪੜ੍ਹਦੇ ਕਿਉਂ ਲਾ ਇਲਾਹਾ ਇਲੱਲਾ ਕੋਈ ਮੌਲਵੀ ਤੂੰ ਡਰ ਕੇ ਪੜ੍ਹਨੇ ਇਸ ਵਾਸਤੇ ਪੜ੍ਹਨੇ ਹੈ ਕਿ ਕੋਈ ਨਹੀਂ ਇਲਾਹ ਹਾਂ ਇੱਕ ਇਲਾਹ ਹੈ ਲਾਇਕ ਇਬਾਦਤ ਕੋਈ ਨਹੀਂ ਇੱਕ ਇਲਾਹ ਹੈ ਜਿਹੜਾ ਲਾਇਕ ਇਬਾਦਤ ਹੈ ਮੁੜ ਅੱਗੂ ਸ਼ਰਤ ਇਲਾਹ ਅੱਲਾਹ ਇਲੱਲਾਹ ਹਾਂ ਮਗਰ ਵੋ ਅੱਲਾਹ ਅੱਲਾਹ ਉਹਨੂੰ ਅਖੀਂਦਾ ਹੈ ਜਿਸ ਤੋਂ ਬਗੈਰ ਇਹ ਮੁਖਤਸਰ 6-7 ਮਿੰਟ ਦਾ ਫਜ਼ਾਇਲ 18-20 ਮਿੰਟ ਦਾ ਮਸਾਇਬ ਅਤੇ ਮੌਲਾ ਮੌਲਾ ਇਹ ਜ਼ਾਕਰਾਂ ਦੇ ਜ਼ਾਕਿਰ ਅੱਗੇ ਪਿੱਛੇ ਹੀ ਫਾਤਿਹਾ ਦੇ ਲੈਂਦੇ ਨੇ ਅਤੇ ਮੈਂ ਮਰ ਮਰ ਅਤੇ ਭੱਦ ਕਰ ਅਤੇ ਆਇਆ ਇਹੋ ਸ਼ੁਕਰ ਹੈ ਮੈਂ ਆਖੇ ਹੋਏ ਟਾਈਮ ਤੁਸੀਂ 10 ਮਿੰਟ ਪਹਿਲੂ ਆਇਆ ਜੋ 10 ਮਿੰਟ ਖੜ੍ਹੇ ਆ ਵਧਾ ਰਹੇ ਲਾ ਇਲਾਹਾ ਇਲੱਲਾਹ ਪੜ੍ਹਨ ਤੋਂ ਬਾਅਦ ਏਡੀ ਵੱਡੀ ਗੱਲ ਕਰਨਾ ਚਾਹੁੰਦਾ ਜਿਹੜੀ ਗੱਲ ਲੁਕਾ ਅਤੇ ਮੌਲਵੀ ਫਿਰਕੇ ਬਣਾ ਅਤੇ ਆਪਣਿਆਂ ਘਰਾਂ 'ਚ ਸੁੱਤੇ ਹੋਏ ਨੇ ਉਹ ਜਾਗ ਜਾਣ ਜਿਹੜੀ ਗੱਲ ਮੌਲਵੀ ਨਹੀਂ ਕਰਿੰਦੇ ਇੱਕ ਜ਼ਾਕਿਰ ਕਰੂਏ ਵਾਹ ਵਾਹ ਵਾਹ
جدن اللہ تو بغیر عبادت ہی کوئی نہیں، یہ تو کینو عبادت بنائی ودائیں۔ اچھا جنو تو عبادت آکھیں وہ عبادت ہے، جنو میں عبادت آکھاں وہ عبادت نہیں۔ گڈی میرے کول وڈی ہوندی نے تے جی نبی بیاں بال چھوڑ دیتے نے، میں سارے لئی ونجاں، اج مینوں بڑی لوڑ ہے بالاں دی۔ جی میرا جملہ سننا، یہ تو درو سیاں انہوں پتہ ہے ان بالوں کے شور تو ایک ذاکر تنگ ہوتا ہے، وہ ساڈا کی کر سکتا ہے۔ لا الہ الا اللہ، کوئی نہیں لائق عبادت سوائے اللہ دے۔ عبادت اسے دی کرین دی ہے جڑا معبود ہوئے۔ لے گیا یار، سوال سمجھنا ہے، اللہ دا نام اللہ جڑے لے لیا کرو، پوچھئی کرو اونو اللہ کیوں آنے آئے، اللہ اونو اکھیندا ہے جڑا بندے تو عبادت منگے۔ مانا سمجھ لو، اللہ کا نواز جڑا بندے تو عبادت منگے، رب او نواز جڑا عطا کرے۔ جل کا شد بیمنی ہوے اس لے اللہ اللہ کر کے دیتی کرو، او عبادت دیتی کرو۔ جلے منگیا کرو رب رب کر کے منگیا کرو، جو روز ساری دیوار توانو کھوائیں دا ہے جی نو بھولائی ودے ہو۔ میں لگتا ہے میری مجلس فیل ہو گئی ہے، کیونکہ جدائی تساں دین پڑھے آئے نا تسی بڑے ہی تنگ ہوئے ہو۔ لا الہ الا اللہ، کوئی نہیں لائق عبادت۔ یہ جل تو نماز پڑھنا ہے مکہیں دا پیا فضائل، یہ نماز دی عبادت کرے نا یا اللہ دی؟ بولو یار کی ہوا اللہ۔ اچھا اجلے روزہ رکھنا ہے روزے دی عبادت ہے یا اللہ دی؟ جلے قرآن وینا ہے تے پڑھنا ہے قرآن دی عبادت ہے یا اللہ دی؟ اجلے کعبے وائیں تے کعبے نو وینا ہے ایک کعبے دی عبادت ہے یا اللہ دی؟ اجلے سات چکر بارو لینا ہے ایک کئی دی عبادت ہے؟ اللہ دی۔ اے صفہ مروہ دے درمیان جو سات چکر بھجنا ہے اے حاجرہ دی عبادت ہے یا اللہ دی؟ اتھو تائیں تو تو ترکڑا مسلمان ہے، اتھو اگاں اساں کافر ہیں، تو رحمت اللہ ہے۔ کوئی حضرت علی دا کوئی خطبہ پڑھ، مولا جل علی پڑھیا نا خطبہ، فرمایا میں علی ابن ابی طالب۔ کیوں دسندی ہو میں ابن ابی طالب؟ مڑ تے نہیں پڑھو،
ਸਾਈਂ ਇਹ ਜਿਹੜੇ ਲਿਪੜ ਦੇ ਖਲਿਓ ਮੈਨ ਸਾਦਰ ਵੇਦਾ ਹੀ ਕੋਈ ਨਹੀਂ। ਅੱਲਾ ਹਰ ਕਿਸੇ ਨੂੰ ਇੱਜ਼ਤ ਦਿੰਦਾ ਹੈ, ਕਿਸੇ ਨੂੰ ਇਲਾਕੇ ਦੀ, ਕਿਸੇ ਨੂੰ ਸ਼ਹਿਰ ਦੀ, ਕਿਸੇ ਨੂੰ ਸੂਬੇ ਦੀ, ਕਿਸੇ ਨੂੰ ਤਹਿਸੀਲ ਦੀ, ਕਿਸੇ ਨੂੰ ਮੁਲਕ ਦੀ। ਅਸਾਂ ਲਾਹੌਰ ਇੱਜ਼ਤ ਬਣਾਏ ਤੇ ਇੱਥੇ ਆ ਤੇ ਵਜੀ ਗਈ। ਜਲਾਲਪੁਰ ਬਣਾ ਤੇ ਗਏ, ਮੁਲਤਾਨ ਵਜੀ ਗਈ। ਚੁੱਕੇ ਇੱਜ਼ਤ ਜਿਹੜੀ ਇਹ ਮੁੱਲ ਲਈ ਹੋਈ ਨਹੀਂ, ਚੁੱਕੇ ਇੱਜ਼ਤ ਮਨ ਤਸ਼ਾਓ, ਚੁੱਕੇ ਇਹ ਤਸ਼ਾਓ ਮੇਰਾ ਬਿਆਨ ਪਿਛਲਾ ਸਮਝ ਆਉਂਦਾ ਬੇ ਬਈ ਕਾਬੇ ਤਾਈਂ, ਕੁਰਾਨ ਤਾਈਂ, ਨਮਾਜ਼ ਤਾਈਂ, ਰੋਜ਼ੇ ਤਾਈਂ ਸਾਰੇ ਹੀ ਮੁਸਲਮਾਨ ਰਹੇ ਹਾਂ, ਇਹ ਅੱਗੋਂ ਵਜੀ ਕਿਉਂ ਗਏ ਹੈ? ਤੁਸਾਂ ਕੋਈ ਮਾਬੂਦ ਬਦਲ ਲਿਆ ਹੈ ਜਾਂ ਕਈ ਉਨਾ ਇਬਾਦਤ ਵਧਾ ਲਈਏ? ਤਵਜੋ ਤਵਜੋ, ਇਹ ਗੱਲ ਸਾਡੇ ਹੀ ਨਹੀਂ ਕਰੇਂਦੇ, ਇਹ ਕਰਨ ਤਾਂ ਤੁਸਾਂ ਕੋਈ ਦਾਦ ਦੇਵਣੀ ਹੈ। ਮੈਨੂੰ ਹੀ ਪਤਾ ਲੱਗਾ ਖਲੈ, ਜੇਲੇ ਮੈਂ ਹਕੀਕਤ ਦੱਸਣੀ ਹੈ ਮਤਾਂ ਮੈਨੂੰ ਹੀ ਦੰਮੀ ਨਾ ਛੱਡੋ। ਜੇਲੇ ਹਕੀਕਤ ਦੱਸੇ ਸੋ ਪੈਸੇ ਤੁਹਾਨੂੰ ਕੌਣ ਦੇ ਸੀ? ਹੱਜ ਤੇ ਵੰਨੇ ਅੱਲਾ ਦੀ ਇਬਾਦਤ ਹੈ, ਰੋਜ਼ਾ ਰੱਖੇ ਅੱਲਾ ਦੀ ਇਬਾਦਤ ਹੈ, ਨਮਾਜ਼ ਪੜ੍ਹੇ ਅੱਲਾ ਦੀ ਇਬਾਦਤ ਹੈ, ਕੁਰਾਨ ਪੜ੍ਹੇ ਅੱਲਾ ਦੀ ਇਬਾਦਤ ਹੈ, ਕੁਰਾਨ ਦੀਆਂ ਸਤਰਾਂ ਨੂੰ ਵੇਖੇ ਅੱਲਾ ਦੀ ਇਬਾਦਤ ਹੈ, ਕਾਬਾ ਇਬਰਾਹੀਮ ਬਣਾਇਆ ਹੈ, ਕਾਬੇ ਦੀਆਂ ਕੱਦਾਂ ਨੂੰ ਵੇਖੇ ਅੱਲਾ ਦੀ ਇਬਾਦਤ ਹੈ, ਅੱਲਾ ਦੀ ਇਬਾਦਤ ਹੈ। ਬੰਦੇ ਕੰਮ ਬਦਿਆਂ ਦਿਨ ਕਾਬਾ ਬੰਦੇ ਬਣਾਇਆ ਹੈ, ਸਫ਼ਾ ਮਰਵਾ ਦਾ ਭਾਦਕ ਬੀਬੀ ਕੀਤਾ ਹੈ, ਇਬਾਦਤ ਅੱਲਾ ਦੀ ਹੈ। ਬੜਾ ਹੀ ਚੌੜ ਹੋਇਆ ਤੂੰ, ਇੱਥੋਂ ਅਸਾਂ ਸ਼ੀ ਹੋ ਗਏ, ਤੂੰ ਕਿਉਂ ਨਹੀਂ ਵਟਿਆ? ਕਿਉਂਕਿ ਤੇਰੇ ਕੋਲ ਉਹ ਸ਼ਾਇਕ ਆਈ ਨਹੀਂ ਜਿਹੜੀ ਸਾਡੇ ਕੋਲ। ਮੈਂ ਤਾਰੀਖ ਨਾਲ ਦੱਸੇ ਨਾ, ਜੋ ਰਸੂਲ ਨਾਲ ਖਲੀਫਾ ਮੁਸਲਮਾਨਾਂ ਦਾ ਗੱਲ ਬੈਠਾ ਕਰੇ, ਗੱਲ ਰਸੂਲ ਨਾਲ ਅੱਖੀ ਅਲੀ ਦੇਰ ਸਾਨੂੰ ਸ਼ੱਕ ਪੈ ਵੈਂਦਾ ਹੈ। ਜਿਹੜੇ ਦਾਦ ਨਹੀਂ ਪੈ ਦਿੰਦੇ ਨਾ, ਇਹ ਦਾਵਤ ਦੇਵਣ ਵਾਲੇ ਨੂੰ ਹੀ ਰੁਕੇ ਸਨ ਤੇ ਅਗਲੀ ਮਜਲਿਸ ਤੇ ਹੀ ਨਾ ਆਉ ਸਨ। ਲੋੜ ਦੀ ਗੱਲ ਤਾਂ ਸੁਣ ਲਿਓ, ਉਮਲ ਮੋਮਿਨੀਨ, ਮੈਂ ਤਾਂ ਬੀਬੀ ਆਇਸ਼ਾ ਨੂੰ ਸਿੱਦੀਕਾ ਮੰਨੇ ਨਾ, ਸ਼ੀਏ ਜੂ ਨਾ ਮੰਨਣ ਮੇਰਾ ਕੋਈ ਜੁਰਮ ਹੈ। ਕਿਹੜੀ ਸੱਚੀ ਹੈ ਜੂ ਉਸ ਪਿਓ ਨੂੰ ਆਖ ਦਿੱਤਾ ਹੈ ਗੱਲ ਨਬੀ ਨਾਲ ਮੂੰਹ ਅਲੀ ਦਵੇ ਨਾ ਹੈ, ਮੈਨੂੰ ਚੰਗਾ ਨਹੀਂ ਲੱਗਾ, ਮੁਸਤਫਾ ਦਾ ਅਲੀ ਯਾਦ ਹੈ, ਮੈਂ ਗੁਲਾਮ ਹਾਂ, ਮੂੰਹ ਨਬੀ ਦਾ ਨਹੀਂ ਹੋਵੇ ਦਾ, ਗੱਲ ਨਬੀ ਨਾਲ, ਚਿਹਰਾ ਅਲੀ ਦਵੇ ਨਾ ਹੈ, ਧੀਦ ਸਿਰ ਤੇ ਹੱਥ ਰੱਖ ਕੇ ਫਰਮਾਇਆ ਖਲੀਫਾ ਅਵਲ ਜਿਹੜਾ ਸਿੱਦੀਕ ਹੈ, ਇਹ ਤੁਸਾਂ ਨਾ ਮੰਨੋ ਤਾਂ ਵੱਧ ਕੇ ਹੋ ਸੀ। ਉਹ ਏਡਾ ਸਿੱਦੀਕ ਹੈ ਜੋ ਉਸ ਆਖਿਆ ਸਿੱਦੀਕ, ਮੈਂ ਰਸੂਲ ਦੇ ਮੂੰਹ ਵਿੱਚ ਸੁਣਿਆ ਹੈ ਅਲੀ ਦਾ ਚਿਹਰਾ ਵੇਖਣਾ ਇਬਾਦਤ ਹੈ।
ਤੁਹਾਨੂੰ ਮੇਰੀ ਪਹਿਲੀ ਗੱਲ ਯਾਦ ਹੈ, ਕੋਈ ਨਹੀਂ ਲਾਇਕ ਕੇ ਇਬਾਦਤ ਸਿਵਾਏ ਅੱਲਾਹ ਦੇ। ਸਾਡੇ ਉੱਠੀ ਖਲੇ ਨਾ, ਉਹਨਾਂ ਆਖਿਆ ਅਲੀ ਦਾ ਚਿਹਰਾ ਵੇਖਣਾ ਇਬਾਦਤ ਹੈ, ਇਹ ਨਹੀਂ ਦੱਸਿਆ ਕਹਿੰਦੀ ਇਬਾਦਤ ਹੈ। ਇਬਾਦਤ ਤਾਂ ਅੱਲਾਹ ਤੋਂ ਬਗੈਰ ਹੁੰਦੀ ਨਹੀਂ। ਹੁਣ ਜਿਹਨਾਂ ਕੋਲ ਚਿਹਰਾ ਕੋਈ ਨਹੀਂ ਨਾ ਅਲੀ ਵਰਗਾ, ਜਿਹਦਾ ਵੇਖਣਾ ਇਬਾਦਤ ਹੋਵੇ, ਉਹ ਤੇਰੇ ਨਾਲ ਲੜੇ ਵੰਦੇ, ਉਹ ਤੇਰੇ ਸੱਕੇ ਮਸੇਰੇ ਨ। ਜਿਹਨਾਂ ਦੇ ਕੋਲ ਚਿਹਰਾ ਕੋਈ ਨਹੀਂ, ਜਿਹਦਾ ਵੇਖਣਾ ਅੱਲਾਹ ਦੀ ਇਬਾਦਤ ਹੋਵੇ, ਉਹ ਤੇਰੇ ਨਾਲ ਲੜਸਨ। ਉਹਨਾਂ ਕੋਲ ਬੰਦਾ ਹੀ ਕੋਈ ਨਹੀਂ ਜਿਹਦਾ ਜ਼ਿਕਰ ਅੱਲਾਹ ਦੀ ਇਬਾਦਤ ਹੋਵੇ, ਉਹਨਾਂ ਕੋਲ ਬੰਦਾ ਹੀ ਕੋਈ ਨਹੀਂ ਜਿਹਦੀ ਮੁਹੱਬਤ ਬਖਸ਼ਿਸ਼ ਦਾ ਸਬਬ ਹੋਵੇ, ਉਹਨਾਂ ਕੋਲ ਬੰਦਾ ਹੀ ਕੋਈ ਨਹੀਂ ਜਿਹਦਾ ਪਿਆਰ ਗੁਨਾਹ ਨੂੰ ਇੰਜ ਖਾ ਵੰਜੇ ਜਿਵੇਂ ਅੱਗ ਲੱਕੜ ਨੂੰ ਖਮਦੀ ਹੈ। ਉਹ ਸਿਰਫ ਸ਼ੀਆ ਕੁਲ ਹਾਦਿਰ, ਮੈਂ ਨਾ ਰਸੂਲ ਦੀ ਇਬਾਦਤ ਕਰੇ ਨਾ ਮੌਲਾ ਅਲੀ ਅਤੇ ਅਹਿਲ ਬੈਤ ਦੀ, ਮੈਂ ਸਿਰਫ ਅੱਲਾਹ ਦੀ ਇਬਾਦਤ ਕਰੇ ਨਾ। ਕਦੀ ਅਲੀ ਅੱਖੀ ਨਾਲ ਲਿਖ ਕੇ, ਕਦੀ ਮੁਹੱਬਤ ਰੱਖ ਕੇ, ਕਦੀ ਉਹਦਾ ਜ਼ਿਕਰ ਕਰਕੇ, ਬਸ ਜਿਹਦਾ ਜਿਹਦਾ ਜ਼ਿਕਰ ਅੱਲਾਹ ਦੀ ਇਬਾਦਤ ਹੈ, ਉਹ ਮਖਲੂਕ ਖਾਸ ਹਨ। ਅੱਲਾਹ ਦਾ ਤਾਰੁਫ ਕਰਾਵਣ ਵਾਲੇ ਸਾਰੇ ਹੀ ਨਹੀਂ ਹੁੰਦੇ, ਮੈਂ ਹੀ ਤਾਰੁਫ ਕਰਾਵਣ ਆਇਆ, ਮੱਡੀ ਲੈ ਤੇ ਕਰੀ ਸਾਂ। ਇੱਕ ਕੁਰਬਾਨੀ ਦੇ ਕੇ ਤਾਰੁਫ ਕਰਾਈਂਦਾ, ਦੀਨ ਤੇ ਖਰਚ ਕਰਨ ਵਾਲੇ ਦੀਆਂ ਆਪਣੀਆਂ ਆਪਣੀਆਂ ਤਰਜ਼ਨ, ਜਿਹਦੀ ਸੂਈ ਦੀਨ 'ਚ ਲੱਗੀਏ ਉਹਦਾ ਤਾਰੀਖ 'ਚ ਨਾ ਆ ਗਿਆ, ਜਿਹਦੀਆਂ ਧੀਆਂ ਬਾਜ਼ਾਰਾਂ 'ਚ ਰੁੱਲ ਗਈਆਂ ਉਹਦਾ ਨਾਂ ਨਹੀਂ ਲਿਖਦੇ। ਇੱਥੇ ਕਈ ਇੱਕ ਬੀਬੀ ਵਿਖਾ ਜਿਹੜੀ ਬਗੈਰ ਵਾਰਿਸ ਦੇ ਮਜਲਿਸ 'ਚ ਬੈਠੀ ਹੋਵੇ, ਤੈਨੂੰ ਰੋਵਣ ਨਾ ਆਇਆ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ। ਫਿਰ ਸੁਣ, ਤੇਰੇ ਸਵਾਬ ਕਣ ਤਰਜ਼ ਖਲਾ ਬਦਲੇ ਨਾ। ਜਿਤਨੀਆਂ ਹੀ ਆਈਆਂ ਬੈਠੀਆਂ ਨੇ, ਜਦ ਤੱਕ ਘਰ ਏਡਾ ਨੇੜੇ ਹੋ ਸੀ, ਕੋਈ ਬਾਰਗਾਹ 'ਚੋਂ ਨਿਕਲਣ ਤੇ ਘਰ ਦਾਖਲ ਹੋਵਣ, ਜਿਹਦਾ ਹੀ ਵਾਢਾ ਹੈ ਕੋਈ ਪੁੱਤਰ ਨਾਲ, ਕੋਈ ਭਰਾ ਨਾਲ, ਕਈ ਪਿਓ ਨਾਲ, ਇਹ ਜਾਣਦੀਆਂ ਨੇ ਵਾਰਿਸ ਤੋਂ ਬਗੈਰ ਸਫ਼ਰ ਨਹੀਂ ਆਉਂਦੇ। ਤੇਰੀਆਂ ਇੱਕ ਦੋ ਹੀ ਵਾਰਿਸ ਲੈ ਤੁਰਦੀਆਂ ਨੇ, ਪਤਾ ਹੈ 120 ਇੱਕ ਨਾਲ ਕਿਵੇਂ ਗਈ ਹੈ। ਤੇਰੀ ਚਾਦਰ ਲੈ ਕੇ ਇੱਕ ਨਾਲ ਇੱਕ ਵਾਰਿਸ ਤੁਰਦਾ ਹੈ, ਉਹ 120 ਬਗੈਰ ਚਾਦਰ ਦੇ। ਮੈਂ ਬਾਕੀ ਭਾਈ ਜੀ ਮਾਫ਼ੀ ਮੰਗ ਕੇ 10 ਤੋਂ 12 ਮਿੰਟ ਮਸਾਇਬ ਪੜ੍ਹਨਾ, ਮੈਂ ਤੇਰਾ ਮੂੰਹ ਨਹੀਂ ਵੇਖੀ ਰੱਖਣਾ, ਮੈਂ ਜੋ ਤੇਰਾ ਮੂੰਹ ਵੇਖੀ ਰੱਖਾਂ ਕੀ ਪਤਾ ਤੂੰ ਰੋਵਣ ਆਇਆ, ਮੈਨੂੰ ਸੁਣਨ ਆਇਆ, ਮੈਨੂੰ ਪਖਾਵਣ ਆਇਆ, ਮੈਨੂੰ ਵੇਖਣ ਆਇਆ, ਮੈਨੂੰ ਤੇਰੀ ਨੀਅਤ ਦਾ ਪਤਾ ਤਾਂ ਕੋਈ ਨਹੀਂ। ਮੈਂ ਸਾਰੀ ਜ਼ਿੰਦਗੀ ਜਹਾਜ਼ਾਂ 'ਤੇ ਜ਼ਵਾਰੀ 'ਤੇ ਗਿਆ, ਮੈਂ ਇਸ ਵਾਰੀ ਪੈਦਲ ਬਾਈ ਰੋਡ ਗਿਆ, ਮੈਂ 23,000 ਕਿਲੋਮੀਟਰ ਦਾ ਪਦ ਬਾਈ ਰੋਡ ਕੀਤਾ, ਅਤੇ ਇੱਕ ਹਸਰਤ ਆਈ ਮੈਂ ਵੇਖਾਂ ਜਿਹੜੇ ਆਜ਼ਾਦ ਬੰਦੇ ਥੱਕਦੇ ਨੇ ਕੀ ਕਰੇਂਦੇ ਨੇ, ਜਿਹੜੇ ਆਜ਼ਾਦ ਤੱਸੋ ਵੇ ਇੱਕ ਦੂਏ ਤੋਂ ਮਦਦ ਕਿਵੇਂ ਮੰਗਦਾ ਹੈ, ਆਜ਼ਾਦ ਭੁੱਖੋ ਵੇ ਤਾਂ ਇੱਕ ਦੂਏ ਦੀ ਮਦਦ ਕਿਵੇਂ ਕਰੇਂਦਾ ਹੈ। ਕਦੀ ਤੋਂ ਹੀ ਘਰ ਬਹਿ ਕੇ ਸੋਚਿਆ ਹੈ ਜ਼ੰਜੀਰਾਂ ਨਾਲ
ਰੱਸੀਆਂ ਪਾ ਕੇ ਬਗੈਰ ਚਾਦਰ ਦੇ ਜਿਨ੍ਹਾਂ ਦਾ ਸਾਰੀ ਉੱਤਰ ਨਹੀਂ ਹੋ ਸਕਦਾ, ਇਹ ਮਦਦ ਕਿਵੇਂ ਮੰਗਦੀਆਂ? ਬੜਾ ਦਿਲ ਔਖੋ ਹੈ ਜੇ ਜਾਗਿਆ ਤੇ ਜਾਗ ਜਾਗ ਕੇ ਥੱਕਿਆ, ਵੱਧ ਸੁਚੇਂਦੇ ਰਹਿਆ ਕਿੱਥੇ ਸਮਾਂ ਹੈ? ਭੁੱਖ ਲੱਗੀ ਹੈ ਤਾਂ ਸੋਚਿਆ ਕੋਈ ਰੁਕਾਵਟ ਹੋਵੇ ਤਾਂ ਕਛ ਖਾਵਣ ਦੀ ਲੈ ਲਈਏ, ਸਮਝ ਨਾ ਲੱਗੀ। ਦੋ ਕੈਦੀ ਕੈਦ ਹੋ ਕੇ ਆਏ, ਚਾਰ ਆਏ, ਅੱਠ ਆਏ, ਉਨ੍ਹਾਂ 'ਚ ਕੈਦੀ ਆਈ ਕੂਫੇ, ਉਸ ਇਮਾਮ ਹੁਸੈਨ ਨੂੰ ਪਿਓ ਦੀ ਸ਼ਾਹੀ 'ਚ ਸੱਡ ਮਾਰਿਆ। ਹੁਸੈਨ ਬਾਦਸ਼ਾਹ, ਮੈਨੂੰ ਜ਼ੰਜੀਰ ਔਖਾ ਪੈ ਕਰਨ ਦੇ, ਤੂੰ ਕੋਈ ਨਹੀਂ ਮੇਰੇ ਨਾਲ ਸਫ਼ਰ ਕਰ ਸਕ ਤਾਂ ਮੈਂ ਪੜ੍ਹ ਸਕਸਾਂ। ਇੱਕ ਬਾਂਦੀ ਪੜ੍ਹੀ ਵੇ ਨਾ, ਸ਼ਬੀ ਬਰਾਮਦ ਹੋ ਵੈਂਦੀ ਹੈ। ਮੇਰੇ ਨਾਲ ਤੁਰ, ਮੈਂ ਗੱਲ ਕਰਨੀ ਹੈ। ਇਮਾਮ ਹੁਸੈਨ ਰੁਨੇ ਤਾਂ ਫਰਮਾਇਆ, ਹਸਨ ਭਰਾ, ਇਹ ਬੰਦੇ ਨੂੰ ਜਾਣਨਾ ਜੇ ਮੈਨੂੰ ਬਾਦਸ਼ਾਹ ਸੱਦਿਆ ਹੈ? ਮੌਲਾ ਫਰਮਾਇਆ, ਤਾਰੁਫ ਕਰੋ। ਫਰਮਾਇਆ, ਇਹ ਮੇਰਾ ਕਾਤਿਲ ਹੈ, ਇਹ ਕੈਦ ਹੋ ਕੇ ਆਇਆ ਅਤੇ ਜ਼ਿੰਦਾਨ 'ਚ ਮੈਨੂੰ ਆਦਾ ਹੈ। ਹੁਸੈਨ ਬਾਦਸ਼ਾਹ, ਮੈਨੂੰ ਜ਼ੰਜੀਰ ਔਖਾ ਪੈ ਕਰੇ। ਇਮਾਮ ਹਸਨ ਅਲੈ ਸਲਾਮ ਨੇ ਪਿਓ ਨੂੰ ਦੱਸਿਆ, ਇਹਨਾਂ ਕੈਦੀਆਂ 'ਚੋਂ ਇੱਕ ਕੈਦੀ ਹੈ ਜੈ ਤੇਰੇ ਹੁਸੈਨ ਨੂੰ ਰੁਆਇਆ ਹੈ, ਬਸ ਕਰ ਗਏ ਤਾਂ ਬਸ ਕਰ ਵਜਾ। ਇਮਾਮ ਸਦਾਇਆ, ਹੁਸੈਨ ਵੰਜ ਭੈਣਾ ਤੂੰ ਕੋਈ ਜੋੜੀ ਦੂਰਾਂ ਦੀ ਲੈ ਲਾ, ਵੰਜ ਜਿਹੜੇ ਕੈਦੀ ਨੂੰ ਛੁੜਾਵਣਾ ਹੀ ਛੁੜਾ। ਇਮਾਮ ਅੰਦਰ ਆ ਖਲੇ ਤੇ ਸੱਡ ਮਾਰ ਕੇ ਆਖਿਆ, ਸ਼ਿਮਰ ਜੀ ਮੇਰੇ ਬਾਦਸ਼ਾਹ। ਫਰਮਾਇਆ, ਤੂੰ ਰੁਨਾ ਕਿਉਂ ਹੈ? ਉਸ ਆਖਿਆ, ਮੈਨੂੰ ਜ਼ੰਜੀਰ ਔਖਾ ਪੈ ਕਰੇ। ਮੌਲਾ ਫਰਮਾਇਆ, ਜੇ ਔਖਾ ਪੈ ਕਰੇ ਦਿਨ ਸੋਚ ਤਾਂ ਸਹੀ, ਮਰਦ ਤਾਂ ਹੀ। ਮੌਲਾ ਕੇ ਫਰਮਾਇਆ ਨੇ ਫਰਮਾਇਆ, ਯਾਦ ਰੱਖੇ ਮਤਾ ਕਹੇ ਜ਼ਮਾਨੇ ਤੇਰੀ ਹਕੂਮਤ 'ਚ ਕਈ ਪਰਦਾਦਾਰ ਜ਼ੰਜੀਰਾਂ 'ਚ ਔਖੇ ਹੋਵਨ। ਕੋਈ ਨਹੀਂ ਤੁਰਦਾ ਪਿਆ, ਮੈਂ ਐਡਾ ਕਮਜ਼ੋਰ ਹਾਂ ਜੋ ਮੈਂ ਬਹੁ ਘੱਟ ਮਜਲਸਾਂ ਪਿਆ ਪੜ੍ਹਨਾ, ਇਹ ਮੇਰੀ ਨਫ਼ਰਤ ਤੋਂ ਨਹੀਂ, ਕਮਜ਼ੋਰੀ ਤੋਂ। ਫਿਰ ਵੀ ਕੋਸ਼ਿਸ਼ ਕਰੇ ਨਾ, ਜਿਹੜੀ ਪੜ੍ਹਾਂ ਉਹ ਤਾਂ ਪੂਰੀ ਪੜ੍ਹ ਲਵਾਂ, ਕੋਸ਼ਿਸ਼ ਕਰ ਰਹੇ। ਮਜ਼ਲੂਮ ਜ਼ੰਜੀਰ ਲਹਾਏ, ਉਸ ਆਖਿਆ ਮੈਂ ਤੇਰਾ ਕਰਜ਼ਾ ਲਹੀ ਸਾਂ। ਫਰਮਾਇਆ, ਤੇਰਾ ਕੰਮ ਹੀ ਨਹੀਂ ਪਾਣੀ, ਤੇਰਾ ਕੰਮ ਹੀ ਨਹੀਂ, ਇਹ ਸਖੀਆਂ ਦਾ ਕੰਮ ਹੈ ਕਾਤਲ ਨੂੰ ਪਾਣੀ ਪਿਵਾਵਣਾ, ਤੇਰਾ ਕੰਮ ਨਹੀਂ, ਤੂੰ ਕਰਜ਼ਾ ਕਿਵੇਂ ਲਈ ਸੈਂ? ਫਰਮਾਇਆ, ਮੇਰੇ ਕੋਲ ਇੱਕ ਚੀਜ਼ ਹੈ, ਮੈਂ ਲੈ ਆਇਆ ਇਹਨੂੰ ਘਰ ਵੰਜ ਖੋਲੇ। ਸੁਣ ਸੋ, ਹੱਥਾਂ 'ਤੇ ਸ਼ੈ ਰੱਖੀ, ਜਿਹੜੇ ਖੋਲਿਆ ਅਦਾ ਮੈਂ ਘਰ ਹੀ ਖੋਲਣੀ ਹੈ, ਅਤੇ ਇੱਥੇ ਜੋ ਖੋਲਿਆ ਤਾਂ ਵਿੱਚ ਦੋ ਯਮਨੀ ਦੋ ਰੋਵਨ। ਮੌਲਾ ਕਿਉਂ ਦਿੱਤੇ ਨੇ? ਫਰਮਾਇਆ, ਤੈਨੂੰ ਵਸਦੇ ਵੇਲੇ ਦਿੱਤੇ ਨੇ, ਮਤ ਤੂੰ ਜੰਗਲਾਂ 'ਚ ਕਹੇ ਯਤੀਮ ਦੇ ਦੁਰ ਲਹਾ ਲਵੇ। ਹੁਣ ਆਖੇ ਤਾਂ ਮੈਂ ਤੈਨੂੰ ਢੇਰ ਹੀ ਦੇ ਸਕਦਾ, ਮਗਰ ਯਾਦ ਰੱਖੇ ਦੀਗਰ ਤੋਂ ਬਾਅਦ ਤੇਰੇ ਹੱਥ 'ਚ ਇੱਕ ਕੈਦੇ ਨਾਮਣੀਏ ਯਤੀਮ, ਜਿਹਦੀ ਉਮਰ 4 ਸਾਲ ਹੋ ਸੀ, ਉਹਦੇ ਦੁਰ ਲਹਾਵੇਂ, ਇੰਜ ਨਾ ਲਹਾਵੇਂ ਜਿਵੇਂ ਜ਼ਾਲਿਮ ਲਹਾਈਂਦੇ ਨੇ। ਔਰ ਉਸ ਕਾਤਿਲ ਇਹੋ ਜਿਹੇ ਦੁਰ ਲਹਾਏ, ਅੱਜ ਤਾਈਂ ਤਾਰੀਖ ਗਵਾਏ, ਜੋ ਅਜੇ ਹੀ ਕਬਰ 'ਚ ਆਦੀ ਹੈ, ਜੇ ਮੰਗਦਾ ਤਾਂ ਮੈਂ ਲਹਾ ਦੇਂਦੀ।
بھائی جی میری گل سنو، مضمون میں ہی پڑھنا پر میں کوشش کریں نا مضمون تو ہٹ کے کیفیت پڑھا. ہوں پہلے ایک سوال سنو تو اسے تو میں وہن پہ شروع کرے نا. امام حسین علیہ السلام نو بندیاں ساری دیوار تیر مارن. میں کیفیت پڑھنی ہے کہ آخیا ہم ساری دیوار بندیاں ماریا ہے. ہر زخم تے حسین کروٹ بدل کے درد جت لایو سی تے جل جھٹ دھی جھولی چ آ بیٹھیے تے کوئی تیر اس لئی لگ گیا ہو سی. اتنے بدیاں تے سوال حسین جت لایو سی جو مینو تیر لگ گیا ہے. حسین زخم پچا کے پوچھو سی سکینہ وگ ونج متا کوئی تینو مارے. اینو کیفیت آدن دشمنا چ مری ون دی طرز ہو رے. دید ویدیاں مری ون دی طرز ہو رے. بس مکئی دا پیا رت بھری داڑی اب روح کٹے ہوئے داڑی چ خون بڑا اوکھا ہی جی بھین دے خیمے دے باہر آ کھلا تے آکھیس میری تریں دیاں دیاں تسیاں میرے نانے دے روزے دی چھان دیاں سک دیاں. غریب دا چھیکڑی سلام پہلی ویری بھین آکھیا چھیکڑی سلام کریاں جل میرا عباس جیندائی. ہون سلام کرے نا جل مان بک گئے. اندر آ میری حسرت تینوں پٹیاں بننا. اندروں کھلی یادی حسین یاد ای بابے علی نو زخم ہویا نا نانا محمد لواب لیندائی زخم مند مل ہو ویندائی رت رک ویندی آئی میرا اکبر کوئی نہیں نہیں تا تینو محمد دا لواب لویندی تیرے چہرے دی رت بند. بھائی پتہ تو کی بیٹھا سننا ہے مجتہد گزرے شیخ کافی اس پتنا کان سند لکھ رکھی میرے مرن تو بعد میری کوئی قضا نماز میری نماز شب بھی قضا نہیں. کوشش کریا ہے میری مجلس پڑھاونی ہے مجلس چ دو گلاں پڑھاونیاں کیڑیاں جلے بھراف لڑن مرن کان ویندائی تو بہنا رکیندیاں کیویں جل قاتل مرندائی تو دھی چھڑیندی کیویں ہے. ایک میں گل دے نیڑے آ گیا تے تو نہیں سنی تے ایک گل آخر تے کرنی ہے. میں تیز نہیں پڑھ سکتا جو تیرا دل لو سی میں سپیڈ نال پڑھ سا تو سن سے نہیں سمجھا سمجھا تے پڑھ سا. میں کوشش کرے سا جی میں کوئی لگ دا اپنے لگ دے دکھ دسیں دے رک رک کے دسیں دا بارو جو سلام ودا کرے نا اندر آ تینوں پٹیاں رکھاں. اے نہیں پڑھدا حسین فرمایا آ گیا اندر اوکھا لتھا دھی گھوڑے دی واگ نپی. حسین اندر آ گئے زاکری جو سننا دس کدی سنے آئی
ਹੁਸੈਨ ਭੈਣਾਂ ਦੇ ਹੁਜਰੇ ਜੋ ਆਇਆ ਤੀਰ ਕਢਾ ਕੇ ਆਇਆ ਹੈ ਯਾ ਤੈਨੂੰ ਅਰਮਾਨ ਹੋਵੇ ਤਾਂ ਗੱਲਾਂ ਰਲਾ ਤੇ ਪੁੱਛੇ। ਪਹਿਲੀ ਕਨਾਤ ਦੇ ਅੰਦਰੋਂ ਘੋੜਾ ਛੋੜ ਦਿੱਤਾ, ਜ਼ਮੀਨ ਤੇ ਬਹਿ ਕੇ 4 ਸਾਲ ਦੀ ਧੀ ਨੂੰ ਆਦਨ ਮੈਂ ਤੀਰ ਛਿਕੇ ਨਾ ਤੂੰ ਰੇਤ ਚਾਹ ਤੇ ਮੇਰੇ ਜ਼ਖਮਾਂ ਦੀ ਰੱਤ ਬੰਦ ਕਰ। ਬਾਬਾ ਕਿਉਂ? ਫਰਮਾਇਆ ਇਸ ਵਾਸਤੇ ਮੇਰੀਆਂ ਭੈਣਾਂ ਖੂਨ ਲੁੜਦਾ ਨਾ ਵੇਖੇ। ਜੀ ਸੋਚ ਚ ਪੈ ਗਈ ਏ ਪਿਓ ਭੈਣਾਂ ਤੂੰ ਖੂਨ ਲੁਕਾਈਂਦਾ ਹੈ, ਧੀ ਤੂੰ ਜ਼ਖਮਾਂ ਦੀ ਰੱਤ ਬੰਦ ਕਰੇਂਦਾ। ਪਿਓ ਤੀਰ ਛਿੱਕੇ ਧੀ ਰੱਤ ਬੰਦ ਕੀਤੀ, ਅੰਦਰ ਦੁੱਖ ਲੈ ਕੇ ਵਧੀ ਰਹੀ, ਕੋਈ ਵਕਤ ਆਇਆ ਤਾਂ ਪੁੱਛਾਂ। ਅੰਦਰ ਆ ਗਿਆ ਭੈਣ ਚਾਦਰ ਪਾ ਗਿਆ, ਆਖਿਆ ਬਹਿਵਨ ਬੋਲ ਬੀਬੀ ਜੀ ਤੂੰ ਬੋਲ, ਮਰਨ ਵਾਲੇ ਬੁਲੇਂਦੇ ਨੇ ਜੀਵਨ ਵਾਲੇ ਸੁਣਦੇ ਨੇ, ਬੋਲ ਆ ਤਾਂ ਮੇਰੇ ਬਾਅਦ ਜੀ ਜੇ ਜ਼ੰਜੀਰ ਮਿਲਣ ਪਾ ਲੈ, ਮੰਨ ਗਈਆਂ ਮੇਰੇ ਬਾਅਦ ਮੇਰੇ ਪੂਰ ਰੁੱਲਣ ਨਾ ਦੇਵੇਂ ਕੋਸ਼ਿਸ਼ ਕਰੇ ਸਾਂ, ਮੇਰੇ ਬਾਅਦ ਤੈਂ ਸ਼ਾਮ ਵੱਜਣਾ। ਬੀਬੀ ਜੀ ਆਖਿਆ ਜੂ ਵਈ ਮਨ ਵਹਿਨੀ ਆ, ਦੱਸ ਤੇਰਾ ਸ਼ਾਮ ਤੇ ਮੇਰਾ ਜੋੜ ਹੈ। ਪਹਿਲੀ ਵਾਰੀ ਭੈਣ ਦੇ ਸਾਹਮਣੇ ਇੰਜ ਰੁਣਨਾ ਨਾ ਜਿਵੇਂ ਕਈ ਜ਼ਮਾਨੇ ਮਾਂ ਬਤੂਲ ਨੂੰ ਰੁਣਾਈ। ਭੈਣ ਦੇ ਸਾਹਮਣੇ ਏਡਾ ਰੁਣਨਾ ਜੋ ਭੈਣ ਨੂੰ ਆਖਣਾ ਪੈ ਗਿਆ ਨਰੋ ਹੁਣੇ ਨਾਨਕਿਆਂ ਨੂੰ ਵੰਜ ਮਿਲਣਾ ਹੀ, ਉਥਾਂ ਹੀ ਰੋਵੇਂ ਬਹਿਵੰਜ ਮੈਂ ਤੈਨੂੰ ਅਕਬਰ ਕਾਨ ਪਰਚਾਵਾਂ, ਤੈਨੂੰ ਅਲੀ ਅਸਗਰ ਕਾਨ ਪਰਚਾਵਾਂ, ਮਤਾ ਅੰਮਾ ਨੂੰ ਆਖੇ ਮੈਨੂੰ ਭੈਣਾ ਪਰਚਾਇਆ ਨਾਈ, ਪਰਚਾਵਣ ਤੋਂ ਬਾਅਦ ਮੇਰਾ ਪੂਰ ਰੁੱਲਣ ਨਾ ਦੇਵੇਂ। ਹੁਸੈਨ ਉੱਠੇ ਨ ਤਿਆਰੀ ਪੈ ਕਰਦੇ ਹਨ, ਬਾਹਰੋਂ ਇੱਕ ਸਿਪਾਹੀ ਬੋਲ ਕੇ ਆਦਾ ਹੁਣ ਫੌਜ ਮੁੱਕ ਗਈ ਹੈ, ਹੁਣ ਭੈਣਾਂ ਦੇ ਓਲੇ ਲੁਕਣਾ। ਤੂੰ ਅਗਲਾ ਜੁਮਲਾ ਇਸ ਤੋਂ ਵਜਣੀ ਤੂੰ ਬਾਹਰ ਆਉਂਦਾ ਹੈ ਯਾ ਅਸਾਂ, ਮੈਨੂੰ ਅਰਮਾਨ ਹੈ ਮੈਂ ਤੁਹਾਡੇ 'ਚ ਨੱਪੜਾ ਹਾਂ, ਮੈਂ ਸ਼ੀਆਂ 'ਚ ਪਿਆ ਪੜ੍ਹਨਾ ਤੇ ਹੁਸੈਨ ਦੀ ਭੈਣ ਦੇ ਹੁੰਦਿਆਂ ਕੋਈ ਖਲਾਦਾ ਤੂੰ ਬਾਹਰ ਆਉਣਾ। ਇਹ ਗੱਲ ਅਬਾਸ ਦੇ ਹੁੰਦਿਆਂ ਕਹਿ ਨਹੀਂ ਕੀਤੀ, ਤੂੰ ਬਾਹਰ ਆਉਣਾ ਜਾਂ ਅਸਾਂ ਅੰਦਰ ਆ ਵਜਾਂ। ਪਤਾ ਨਹੀਂ ਆਸਮਾਨ ਡਹਿ ਕਿਉਂ ਨਾ ਪਿਆ, ਪਹਿਲੀ ਵਾਰੀ ਇੱਥੇ ਭੈਣ ਦੇ ਸਾਹਮਣੇ ਵੀ ਰਾਹ ਉੱਠਣਾਈ, ਉੱਥੇ ਭੈਣ ਉੱਠੀ ਖੜੀ। ਬੀਬੀ ਜੀ ਹੁਸੈਨ ਹੁਣ ਅਕਬਰ ਆਵਣਾ, ਕਾਸਿਮ ਅਲੀ ਅਸਗਰ ਨਹੀਂ, ਕਈ ਨਹੀਂ ਆਵਣਾ, ਮੁੱਕ ਗਈ ਫੌਜ। ਬੀਬੀ ਆਦੀ ਦੁਸ਼ਮਣੀ ਨੇ ਜਿਹੜੇ ਤੇਰੇ ਬੂਹੇ ਤੇ ਸੱਡ ਖਲੇ ਮਰੇਂਦੇ ਨੇ, ਭੈਣ ਆਖਣਾ ਕੇ ਚਾਹੀ ਬੀਬੀ ਆਦੀ ਸਾਰਿਆਂ ਕਸਮ ਚਾਈ ਨੇ ਮਰੀਵਣ ਦੀ, ਜਿਹੜੇ ਮੇਰੇ ਬੂਹੇ ਤੇ ਖਲੇ ਬੁਲੇਂਦੇ ਨੇ ਇਹਨਾਂ ਮੈਨੂੰ ਬਾਜ਼ਾਰਾਂ 'ਚ ਆਖਣਾ ਹੈ ਅਸਾਂ ਜਵਾਨ ਅਸਰੇ ਸਹੀ ਦਾਦਾ ਆਖਣਾ ਕੇ ਚਾਹੀ ਬੀਬੀ ਆਦੀ ਮੇਰਾ ਦਿਲ ਇੱਕ ਹਮਲਤ ਕਰ ਚ ਮੇਰੀ ਹਸਰਤ ਹੈ ਮੈਂ ਬਾਜ਼ਾਰਾਂ 'ਚ ਆਖਸਾਂ ਮੇਰੇ ਹੀ ਸ਼ਾਹ ਸਵਾਰ ਹੈ। ਇਸ ਜੁਮਲੇ ਤੇ ਇਤਨਾ ਰੁਣਾ ਹੈ ਨਾ ਹੁਸੈਨ, ਸੈਯਦਾ ਦਾ ਯਾਦ ਹੈ ਜਿਹਦਾ ਮੇਰਾ ਅਬਾਸ ਜ਼ੀਨ ਤੋਂ ਲੱਥਾ ਹੈ, ਲਾਂਦਿਆਂ ਜੁਮਲਾ ਬੁਲੇਂਦਾ ਯਾਦ ਆਇਓ ਮਦੀਨੇ ਦੀ ਗਰੀਬ ਸੈਯਦ ਜ਼ਾਦੀ, ਮੈਂ ਕਹਿ ਨੂੰ ਨਹੀਂ ਮਾਰਿਆ ਮੈਂ ਜ਼ੀਨ ਤੋਂ ਲੈ ਗਿਆ, ਹੁਣ ਸ਼ਾਲਾ ਤੈਨੂੰ ਕੋਈ ਨਾ ਮਾਰੇ। ਮੇਰਾ ਅਬਾਸ ਚੁੱਪ ਕਰਕੇ ਜ਼ੀਨ ਬਸ ਇਮਾਮ ਹੁਸੈਨ ਦਾ ਮਜ਼ਮੂਨ ਪੜਨ ਕਾਣ ਕੌਣ ਬਖਤਾਂ ਦੇ ਲੋਕ ਹੁਸੈਨ ਜਿਹੜੇ ਬਾਰ ਮੈਨੂੰ ਵੇਖ ਕੇ ਹੁਸੈਨ ਦਾ ਮਸਾਇਬ ਸੁਣ ਸਕ ਸਾਡੀਆਂ ਹਸਰਤਾਂ ਜੋ ਬਾਰਵਾਂ ਆਵੇ ਤੇ ਬਦਲੇ ਲਵੇ, ਬਦਲਾ ਲੈ ਸਕੀਂਦਾ ਹੈ
جے بدلے دا کوئی بدل ہووے، دربار چ جے بولی آدی اج کوئی میرا بھرا ہووے، اس گل دا بدلہ بارواں کھیل سی، چار سال دی معصوماں دا بدلہ بارواں کھیل لئی سی، چھتری شہر چ ٹرا ٹرا تے مارے نے، جگہ جگہ کے مارے نے، نہ پوچھ پوچھ کے مارے نے، جو ماں دی قبر تے آدی آئی، اماں اتنا لوگاں مینوں باغی دی بہن سمجھ کے نہیں ماریا، جے لئی میں آکھیا ہے نا میری ماں بتول ہے، انہاں مینوں انج ماریا ہے جو مینوں بازار چ بہ کے ٹرنا، بس اتنی ہائے ہو گئی کافی ہے، میں کوئی منواون نہیں آیا ذاکری، انشاءاللہ صحت نال تے جہان ہے، کوشش کرے سائیں چار وین اتھاں ہی سنو، بین دے آنکھ لگ کے اٹھے آئے جل ٹردائی نہ لڑن کان تو کچھیوں وہی دیا نوانج تیرے بعد پچھا کون ہے، تو جل بین آنکھ ہے نہ حملہ کر تو جھک جئی کمر نون وانگو گئی الف ریت ہو گئی، سجے کھبے ویک کے اکبر دے بابے آنکھ ہے کتھے میرا ذل جناح، چار سال دی تھی زلجنا دیا واگا پکڑ کے آ گئی، این آئی جو مظلوم نو پچھنا پائے گیا، یہ گھوڑا کہے تیار کیتا ہے، زمین دروے کے رنی ہے دساں تو مہربانی کرے سے، ہاں کرے سا کئی مہربانی، بابا جنو دیگر لے خیمے پٹوایا نہیں نا، او خیمے چ لایا آئی اپنے چ گھوڑا تے اپنی نویکلی بہن نو دئی تیار کرن دا ول سکھ لے، بہن دی آئی میرے چھ پترن کہیں پترن نو چ سکھا کہ بیٹھا سننا، میں چار تو پانچ منٹ بعد ممبر چھوڑ دے بنا، میدان ونجن والا غریب بہن دے دکھ کھلا سن دے، کربلا دے غریب آخیا میدان وینا تو دعا چکر حملہ کرے ساں، یہ جتنے لوگ مری سن تو ان اتنے لوگ بازاراں چ ساڈے تے مرے سن، بی بی آدی جیندا حسین نہیں رانا، اس جی کے کرنا ہے ودی مری ساں، تیرے ہر مقتول دے بوئے تے ون کے تینوں زندہ کرے ساں، مینوں بازاراں چ مرن دے، میرے نو بھرا مری گئے ن میدان ون تے گھوڑن ویکھ کے دا تیار کھیں کیتا ہے، معصومات یہ کیسر ہے لاہور دوزانو مٹی تے بیٹھا ہے، مدینے منہ کر کے دا دادی اماں ام البنین تیری نسل دے ادھار حسین کیویں لہی سی، پہلا وین کر کے آدا ہے تیرا عباس جیندہ رہا ہے تا اساں جیندے رہے ہیں، اماں تیرے عباس تو بعد مطمئن ہو گئے ہیں سانو ہر کہیں مارنا ہے، سجے کھبے حسین ڈٹھا تو دوڑ دے ودن خیامت کدے گئے ہو، جان جان حبیب عباس کدے تر گئے ہو، مینوں بہنا گھوڑے تے پیاں چڑھائی دی ہیں، ناد علی پڑھ کے گھوڑے تے چڑھیا، خیام تو گھوڑا بہ رہا میں وین پہ بڑھنا، انہیں ایک باری موڑ کے ڈٹھس بت آسمان در ویکیا دے اللہ گواہ رہے میں کلیاں چھوڑی وے، راج رونی سہنی نانکی نگری چھنے، بس بھائی مریندے دیاں دو گلاں تے سن چا،
ਹੁਣ ਜਿਹਨੂੰ ਹਰ ਕੋਈ ਵਧਾ ਮਰੇਂਦਾ ਹੈ ਉਸੇ ਦੀਆਂ ਦੋ ਗੱਲਾਂ, ਨੌ ਮੀਲ ਦੇਰੀਏ ਚ ਨੇਜ਼ੇ ਨਾਲ ਲਕੀਰ ਮਾਰ ਕੇ ਕਰਬਲਾ ਦਾ ਜ਼ਈਫ ਹੁਸੈਨ ਇਤਨਾ ਬਾਹਰੋਂ ਜ਼ਖਮੀ ਨਾ ਆਈ ਜਿਤਨਾ ਅੰਦਰੋਂ ਜ਼ਖਮੀ ਆਈ। ਅਕਬਰ ਦੀ ਮੌਤ ਤੇ ਜੀਂਦਾ ਰਹਿਣਾ ਸੌਖਾ ਈ, ਭੈਣਾ ਛੋੜ ਕੇ ਜੀਂਦਾ ਰਹਿਣਾ ਔਖਾ ਈ। ਅਲੀ ਅਸਗਰ ਦੀ ਮੌਤ ਤੇ ਦਫ਼ਨ ਕਰਨਾ ਸੌਖਾ ਈ, ਸਕੀਨਾ ਦੀਆਂ ਮਿੰਨਤਾਂ ਤੇ ਜੀਂਦਾ ਰਹਿਣਾ ਔਖਾ ਈ। ਬੈਠ ਕੇ ਬੇਟਾ ਬੈਠ ਕੇ, ਮੈਂ ਨੌਕਰ ਹਾਂ, ਮੈਂ ਨੌਕਰ, ਮੈਂ ਬੰਦਿਆਂ ਦਾ ਮੂੰਹ ਖਲਾਵੇ ਨਾ, ਤੂੰ ਲਲ ਜਨਾ ਨੂੰ ਵੇਖਣ ਤੋਂ ਬਾਅਦ ਘਰ ਸਾਂ ਬਣੇ ਸੁਝੇਂਦਾ ਤਵੰਜੇ, ਇਤਨੀ ਦੇਰ ਤਾਂ ਰੋ ਲੈ ਜਿਤਨੀ ਦੇਰ ਸਕੀਨਾ ਮਿੰਨਤਾਂ ਕੀਤੀਆਂ, ਇਤਨੀ ਦੇਰ ਤਾਂ ਰੋ ਲੈ ਜਿਤਨੀ ਦੇਰ ਕਾਤਲ ਤੂੰ ਸਰ ਮੰਗਦੀ ਰਹੀਏ, ਇਤਨੀ ਦੇਰ ਤਾਂ ਰੋ ਲਾਇਆ ਦਿਆਈਏ ਨਚਾਏ ਤੂੰ ਬਤੂਲ ਚੁੰਮਦੀ ਰਜਦੀ ਨਹੀਂ। ਜੀ 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 ਕਬੂਲ ਹੋ ਗਏ ਮਜਲਿਸ। ਹਸਨੈਨ ਬੇਟਾ, ਜੰਗ ਦਾ ਕਾਨੂੰਨ ਹੈ ਮੁਜਾਹਿਦ ਤਾਕਤ ਨਾਲ ਲੜਦਾ ਹੈ। ਹੁਸੈਨ ਲੜ ਕੇ ਆਖਿਆ ਮੈਂ ਅਲੀ ਦਾ ਪੁੱਤਰਾਂ, ਮੈਂ ਜਾਫਰ ਤਿਆਰ ਦਾ ਲਗਨਾ, ਮੈਂ ਹਮਜ਼ਾ ਦਾ ਲਗਨਾ, ਮਗਰ ਹੁਸੈਨ ਕਰਬਲਾ ਦਾ ਵਦਾ ਕਿੱਥੇ ਲੁਕ ਗਿਆ ਓ ਮੇਰੇ ਅਕਬਰ ਦਾ ਕਾਤਲ, ਓ ਕਿੱਥੇ ਲੁਕ ਗਿਆ ਓ ਮੇਰੇ ਗਾਜ਼ੀ ਦੇ ਬਾਜ਼ੂ, ਓ ਸਾਹਮਣੇ ਆ ਕਿੱਥੇ ਲੁਕ ਗਿਆ ਓ ਮੇਰੇ ਅਸਗਰ ਨੂੰ ਤੀਰ ਮਾਰ। ਸੀਨੇ ਤੇ ਹੱਥ ਮਾਰ ਕੇ ਰੋ ਨਾ ਜਿਵੇਂ ਰੋਵਣ ਦਾ ਹੱਕ ਹੈ। ਇੱਕ ਬੰਦੇ ਦੇ ਗੱਲ ਤੇ ਫਰਮਾਇਸ਼ ਦਾ ਇੱਕ ਵੈਣ ਗੱਲ ਤੇ ਰੱਖਿਆ ਤਲਵਾਰ ਕੰਬਣ ਲੱਗ ਗਿਆ। ਹੁਸੈਨ ਅਕਬਰ ਦਾ ਕਾਤਲ ਛੋੜਾ ਲੈ, ਮੈਂ ਤਾਂ 13 ਸਾਲਾਂ ਦਾ ਬਾਲ ਮਾਰਿਆ, ਕੂਕਾ ਮਾਰ ਕਰੂ ਨਾਇਆ ਦਾ ਜੇਲ ਦਾ ਕਾਸਮ ਮਾਰੇ, ਮੈਂ ਧੀ ਦੇ ਮੱਥੇ ਲੱਗ ਨਹੀਂ ਓ ਮੈਨੂੰ ਆਦੀ ਹੈ, ਮੈਨੂੰ ਕਰਬਲਾ ਕਬਰ ਦੀ ਯਾਦ ਹੈ, ਓ ਮੈਂ ਰਾਤ ਦੀ ਪਰਨੀ ਬੇਵਾ ਹੋ ਗਈਆਂ, ਮੈਂ ਕਬਰ ਨਹੀਂ ਮੰਗਦੀ ਮੈਨੂੰ ਗੱਡੜੀ ਰੱਖਣ। ਅੱਛਾ ਤੇਰਾ ਦਿਲ ਬਣ ਗਿਆ ਨਾ ਤੇ ਇੱਕ ਵਜਨ ਹੋਰ ਹੀ ਸੁਣ ਲੈ। ਦੁਨੀਆਂ ਦੇ ਲਾ ਕੇ ਲਾ ਲੈਣ ਮਿੰਬਰ ਤੇ ਪੜ ਦੇਣ, ਜੇ ਭੈਣ ਭਾਈਵਾਲ ਆਈ, ਭੈਣ ਫਰਜ਼ੀ ਆਈ ਭਾਈਵਾਲ ਆਈ, ਵੀਰਾ ਤੁਰਿਆ ਭੈਣ ਨਾਲ ਪਾਣੀ ਬਾਂਧ, ਵੀਰਾ ਦਾ ਭੈਣ ਦਾ ਨਾਲ ਨਾਵੀਂ ਜਦੇ ਵੀਰਾ ਕੁਰਬਾਨੀਆਂ ਮੰਗੀਆਂ, ਥੱਗੇ ਭੈਣ ਕੁਰਬਾਨੀਆਂ ਦਿੱਤੀਆਂ, ਵੀਰਾ ਲਾਸ਼ਾਂ ਚਾ ਕੇ ਆਇਆ ਭੈਣ ਵਾਲ ਖੋਲ ਕੇ ਰੁਨੀ, ਜਲੇ 70 ਕਦਮ ਤੇ ਲਹਿ ਗਿਆ ਕਾਤਲ ਮਾਰਨ ਆਇਆ। ਬਸ ਨਾ ਕਰ ਭੈਣ 70 ਕਦਮ ਤੇ ਵੀਰਾ ਮਰੀਂਦਾ ਪਿਆ, ਜਿੱਥੇ ਮਰੀਦਾ ਪਿਆ ਭੈਣ ਰੁਕ ਗਈ, ਜਿੱਥੇ ਭੈਣ ਰੁਕ ਗਈ ਉੱਥੋਂ ਧੀ ਟਰ ਪਈ। ਜਲੇ ਜ਼ਰਬਾਂ ਚੱਲਣ ਲੱਗੀਆਂ ਭੈਣ ਕਾਂਡ ਕਰ ਗਈ, ਧੀ ਕਾਤਲ ਦੇ ਹੱਥ ਚ ਆਦੀ ਖੜੀ ਹੈ, ਇੰਜ ਨਾ ਮਾਰੇ ਦੇ ਜ਼ਖਮੀ ਆਪੇ
ਗਿਆ ਜੀ ਜੇ ਰੁਕਦਾ ਮੈਂ ਸ਼ਬੀ ਪਾਕ ਲਾਇਆ ਅਸਾਂ ਬੰਦਿਆਂ ਨੂੰ ਵਿਖਾਈਏ ਜੋ ਵਫਾਦਾਰ ਹੈਵਾਨ ਅੱਜ ਵੀ ਹੁਸੈਨ ਦਾ ਤਾਰ ਕਿਵੇਂ ਕਰੀਦੇ ਰੋਂਦਾ ਹੀ ਰਾਏ ਤੇ ਮੈਂ ਨੀ ਸੁਣਦਾ ਰਾਏ ਕਸਮ ਚਵਾ ਲਾਏ ਜਲੇ ਸੁਲਝਣਾ ਗੋਡੀ ਪਾਸਾ ਲਾਇਆ ਹੈ ਉਸਲੇ ਕੱਲਾ ਨਾਈ ਚੌਂ ਸਾਲਾਂ ਦੀ ਧੀ ਵੇ ਦੀ ਖੜੀ ਆਈ ਰੋ ਰੋ ਕੇ ਆਦੀ ਤੂੰ ਆਪਣਾ ਕੰਮ ਤਾਂ ਕਰ ਬੈਠਾ ਪਿੱਛੇ ਅੱਜ ਜਾਏ ਜਾ ਛੱਡ ਇਹਦੇ ਹੱਥ ਪਏ ਆ ਜਾ